एक बढ़ते हुए होटल की छत के उत्ते पीला पंजा चलाया गया है क्योंकि इस होटल की छत तो श्री दरबार साहिब दिखाई देता है। जी हाँ, बिल्कुल इसीलिए इस होटल की छत को ढाया गया है। सब तो उपरली मंजिल के उत्ते पीला पंजा चलाया गया है क्योंकि इस छत तो श्री हरिमंदर साहब के अंदर तक के दर्शन होंगे ने। तो सुरक्षा के मद्देनज़र SGPC के वलों पहला ही इसकी शिकायत दी गई सी। 2 महीना पहला इसकी शिकायत दी गई सी कि जो होटल बन रहा इसकी छत तो श्री हरिमंदर साहब के अंदर तक झात पैंदी है, दर्शन होंगे ने, जिस करके सुरक्षा को लैके इतने कई तरह के सवाल भी खड़े हो रहे सन। इसे लैके SGPC के वलों जो शिकायत दी गई नगर कौंसल नूं तां उदों भी कार्रवाई नहीं हुई। तो हुण जो मुख्यमंत्री भगवंत मान के वलों अमृतसर के दौरा किया गया तो इस दौरान उन्होंने इसकी शिकायत दी गई तो तुरंत ही इस पर कार्रवाई भी की गई है। यह होटल जो है श्री दरबार साहब के नज़दीक ही बन रहा है जो कि 6 मंजिला इमारत है तो इसकी छत तो श्री दरबार साहब के दर्शन होंगे सन, पर इतने SGPC के वलों सुरक्षा को लेकर सवाल खड़े किए गए सी ते इस खिलाफ कार्रवाई करने के लिए लिखती शिकायत दी गई सी। हुण जाके इस शिकायत उत्ते कार्रवाई हुई है अते इस होटल की सब तो उपरली मंजिल नूं ढा दिता गया है। तस्वीरां दे विच भी नज़र आ रहा है कि इस होटल के छत के उत्तों की श्री हरिमंदर साहिब बिल्कुल साफ नजर आ रहा है। इसे नूं लैके ही इस छत नूं ढाया जा रहा है। नाल ही भी कहा जा रहा है कि यह नजायज उसारी हो रही सी, जिन्नी मंजिला इमारत बननी चाहिए सी उस तो वध बनाई जा रही सी, जिसलिए हुण प्रशासन दे वलों इस खिलाफ कार्रवाई करदिया होया इस बनते हुए होटल के उत्ते पीला पंजा चलाया गया है। सब तो उपरली मंजिल नूं ढा दिता गया है। बिल्डिंग बन रही सी जिहड़ी पुरानी बिल्डिंग दे उपर रेनोवेशन चल रही सी, हां जी, ਉੱਪਰੋਂ ਇਹਦਾ ਵਿਊ ਦਰਬਾਰ ਸਾਹਿਬ ਦਾ ਬੰਦਾ ਸੀ ਅਤੇ ਉੱਧਰੋਂ ਕੰਪਲੇਂਟਾਂ ਆ ਰਹੀਆਂ ਸੀ ਸਿਕਿਉਰਿਟੀ ਦਾ, ਇਸ ਕਰਕੇ ਅਸੀਂ ਉੱਪਰਲੀ ਮੰਜ਼ਿਲ ਜਿਹੜੀ ਉਹ ਡੈਮੋਲਿਸ਼ ਕਰ। ਸਰ ਕਿੰਨੀਆਂ ਮੰਜ਼ਿਲਾਂ ਜਿਹੜਾ ਹੋਟਲ ਇਹ ਤਿਆਰ ਕੀਤਾ ਜਾ ਰਿਹਾ ਸੀ ਜੀ ਇੱਥੇ? ਇਹ ਹੈਗਾ 5-6 ਮੰਜ਼ਿਲਾਂ 6 ਮੰਜ਼ਿਲਾਂ। ਅਤੇ ਕਿੰਨੇ ਸਮੇਂ ਤੋਂ ਜਿਹੜੀ ਸ਼ਿਕਾਇਤ ਆ ਉਹ ਦਿੱਤੀ ਜਾ ਰਹੀ ਹੈ ਸੀ? ਇਹ 1-2 ਮਹੀਨੇ ਤੋਂ ਸ਼ਿਕਾਇਤ ਆ ਰਹੀ। ਅਤੇ ਸਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਜੀ? ਕਿਉਂਕਿ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਦੇ ਨੇ, ਉਹਨਾਂ ਨੂੰ ਸ਼ਿਕਾਇਤ ਜਿਹੜੀ SGPC ਵੱਲੋਂ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਕੰਮ ਬੰਦ ਦਿਖਾਈ ਦੇ ਰਿਹਾ ਜੀ? ਕੰਮ ਬੰਦ ਪਹਿਲੇ ਕਰਵਾਇਆ ਹੋਇਆ ਸੀ। ਹਾਂਜੀ, ਕੰਮ ਬੰਦ ਹੀ ਸੀਗਾ ਸਰ। ਬਾਹਰਲੇ ਪਾਸੋਂ ਕੰਮ ਬੰਦ ਹੋ ਜਾਂਦਾ ਪਰ ਅੰਦਰਲੇ ਪਾਸੇ ਤਾਂ ਉਸੇ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਰਹਿੰਦੇ ਨੇ ਜੀ। ਨਹੀਂ ਨਹੀਂ, ਕੰਮ ਬੰਦ ਕਰਵਾਇਆ ਹੋਇਆ ਸੀ, ਥੋੜਾ ਜਿਹਾ ਸਟਾਫ ਦੀ ਕਮੀ ਹੋਣ ਕਰਕੇ ਵਾਰੀ ਵਾਰੀ ਇੱਕੋ ਥਾਂ ਤੇ ਨਹੀਂ ਆਇਆ ਜਾਂਦਾ। ਬਾਕੀ ਇਸੇ ਕੰਮ ਬੰਦ ਕਰਵਾਇਆ ਹੋਇਆ ਸੀ ਤੇ ਹੁਣ ਅਸੀਂ ਡੈਮੋਲਿਸ਼ਨ ਕਰ ਰਹੇ ਹਾਂ। ਸਰ ਇਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਲਿਖਤੀ ਤੁਹਾਨੂੰ ਨਹੀਂ ਦਿੱਤਾ ਗਿਆ ਸੀ? ਨਹੀਂ, ਦੇ ਰਹੇ, ਲਿਖਤੀ ਦੇ ਰਹੇ। ਅੱਛਾ ਜੀ, ਤੇ ਬਿਲਡਿੰਗ ਕਿਹਨਾਂ ਦੀ ਜੀ ਹੈ? ਬਿਲਡਿੰਗ ਮੈਨੂੰ ਨਹੀਂ ਪਤਾ। ਤਾਂ ਕੋਈ ਇੱਥੇ ਪਹੁੰਚਿਆ ਸਵੇਰ ਦਾ? ਕੋਈ ਜਿਸ ਤਰ੍ਹਾਂ ਕਾਰਵਾਈ ਚੱਲ ਰਹੀ ਹੈ, ਕੋਈ ਪਹੁੰਚਿਆ ਹੁਣ ਤੱਕ ਹੋਟਲ ਦਾ ਮਾਲਕ? ਹਾਂ, ਆਏ, ਕੋਈ ਕੰਸਰਨਡ ਬੰਦੇ ਆਏ। ਅੱਛਾ ਜੀ, ਤੇ ਕੀ ਕਿਹਾ ਗਿਆ ਜੀ ਉਹਨਾਂ ਦੇ ਵੱਲੋਂ ਆ ਕੇ ਤਰਨਾ? ਕੀ ਗੱਲਬਾਤ? ਕੁਛ ਨਹੀਂ, ਅਸੀਂ ਉਹਨਾਂ ਨੂੰ ਕਿਹਾ ਵੀ ਗਿਰਾ ਰਹੇ ਹਾਂ ਜੀ, ਬਸ ਬੈਠੇ ਹੋ ਵੀ ਬੈਠੇ। ਸਰ ਜੇਕਰ ਅਸੀਂ ਗੱਲ ਕਰੀਏ, ਹੋਰ ਵੀ ਬਹੁਤ ਸਾਰੇ ਹੋਟਲ ਨੇ ਜਿੱਥੋਂ ਦਰਬਾਰ ਚੱਲਦੀ ਰਹਿੰਦੀ ਹੈ ਜੀ ਕਾਰਵਾਈ। ਕਾਰਵਾਈ ਚੱਲਦੀ ਰਹਿੰਦੀ ਹੈ ਜੀ, ਹੋਰ ਜਿੱਦਾਂ ਕੋਈ ਆਉਂਦਾ ਉੱਦਾਂ ਤੱਕ। ਪਰ ਲੱਗਦਾ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ 1 ਮਹੀਨੇ ਤੋਂ ਉੱਪਰ ਹੋ ਚੁੱਕਾ ਹੈ। ਕਈ ਕਾਰਨ ਹੈਗੇ ਜੀ ਸਾਡੇ ਕੋਲ ਸਟਾਫ ਦੀ ਵੀ ਕਮੀ। ਭਾਈ ਉਹਦੇ ਨਾਲ ਵੀ ਇੱਕ ਬਿਲਡਿੰਗ, ਥੈਂਕ ਯੂ ਜੀ ਸਰ, ਉਹਦੇ ਨਾਲ ਇੱਕ ਹੋਰ ਬਿਲਡਿੰਗ ਤਿਆਰ ਹੋ ਰਹੀ ਹੈ ਜੀ, ਉਹਨੂੰ ਵੀ ਢਾਇਆ ਜਾਏਗਾ ਜੀ? ਹਾਂ ਜੀ, ਉਹਦੇ ਤੇ ਕਰਾਂਗੇ ਜੀ। ਲੱਗਦਾ ਨਹੀਂ ਕਿ ਹੋਰ ਵੀ ਬਹੁਤ ਸਾਰੇ ਹੋਟਲ ਜਿਹੜੇ ਨਜਾਇਜ਼ ਇੱਥੇ ਬਣੇ ਹੋਏ ਨੇ, ਉਹਨਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ। ਚੱਲਦੀ ਰਹਿੰਦੀ ਜੀ ਕਾਰਵਾਈ ਸਾਡੀ, ਕੰਟੀਨਿਊ ਚੱਲਦੀ ਰਹਿੰਦੀ। ਹੁਣ ਤੇ ਆ ਜਾਓ ਨਾਲ, ਲੱਗਦੇ ਆ ਫਿਰ ਉੱਥੇ ਹੀ। ਹਾਂ, ਉਹ ਵੀ ਕਰਕੇ ਜਾਣਾ। ਠੀਕ ਹੈ, ਥੈਂਕ ਯੂ।